ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹੈ ਤਨਵੀਰ ਕੌਰ। ਮੈਂ ਗਵਰਨਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਿਰੋਜ਼ਪੁਰ ਦੇ ਵਿੱਚ ਪਲੱਸ ਟੂ ਬੀ ਕਲਾਸ ਦੀ ਵਿਦਿਆਰਥੀ ਹਾਂ। ਅਤੇ ਮੇਰਾ ਸਟਾਰਟਿੰਗ ਤੋਂ ਹੀ ਸਿੰਗਿੰਗ ਦਾ ਬਹੁਤ ਜ਼ਿਆਦਾ ਮੈਨੂੰ ਸ਼ੌਂਕ ਹੈ, ਅਤੇ ਮੈਂ ਸਿੰਗਿੰਗ ਨੂੰ ਆਪਣਾ ਪੈਸ਼ਨ ਬਣਾਇਆ ਅਤੇ ਸਿੰਗਿੰਗ ਦੇ ਵਿੱਚ ਮੈਂ ਅੱਗੇ ਜਾਣਾ ਚਾਹੁੰਦੀ ਹਾਂ। ਅਤੇ ਮੈਂ ਸਾਡੇ ਸਕੂਲ ਦੇ ਵਿੱਚ ਹੀ KKHD ਵਾਲੇ ਟੀਮ ਵਾਲੇ ਆਏ ਸੀ, ਪ੍ਰੋਡਕਸ਼ਨ ਟੀਮ ਦੇ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੇ ਸਕੂਲ ਵਿੱਚ ਆਏ ਅਤੇ ਮੈਨੂੰ ਉੱਥੇ ਗਾਉਣ ਦਾ ਮੌਕਾ ਮਿਲਿਆ। ਅਤੇ ਜਿਵੇਂ ਕਿ ਮੈਂ ਹੁਣ ਗ੍ਰੈਂਡ ਫਿਨਾਲੇ ਦੇ ਵਿੱਚ ਪਹੁੰਚ ਗਈ ਹਾਂ, ਮੈਨੂੰ ਬੜੀ ਖੁਸ਼ੀ ਹੋਈ। ਸਾਡੇ ਪਹਿਲੇ 2 ਰਾਊਂਡ ਫਿਰੋਜ਼ਪੁਰ 'ਚ ਹੋਏ ਸੀ, ਬਾਕੀ 2 ਰਾਊਂਡ ਸਾਡੇ ਹੋਏ ਮੋਗੇ। ਅਤੇ ਹੁਣ ਸਾਡਾ ਹੁਣ ਜਿਵੇਂ ਕਿ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ, ਅਤੇ ਇਹਦੇ ਵਿੱਚ ਮੈਂ ਪਹੁੰਚੀ ਹਾਂ, ਮੈਨੂੰ ਬੜੀ ਖੁਸ਼ੀ ਹੋਈ। ਅਤੇ ਮੈਨੂੰ ਸਕੂਲੋਂ ਹੀ ਇਹ ਮਤਲਬ ਪਤਾ ਲੱਗਾ ਸੀ ਵੀ ਉਹਨਾਂ ਨੇ ਆਉਣਾ ਟੀਮ ਵਾਲਿਆਂ ਨੇ, ਅਤੇ ਉੱਥੋਂ ਮੈਂ ਆਪਣਾ ਨਾਮ ਲਿਖਵਾਈ ਅਤੇ ਮੈਂ ਘਰ ਵੀ ਨਹੀਂ ਦੱਸਿਆ। ਅਤੇ ਜਦੋਂ ਮੈਂ ਘਰ ਦੱਸਿਆ ਅਤੇ ਸਾਰੇ ਜਣੇ ਮਤਲਬ ਮੈਨੂੰ ਬੜਾ ਸਪੋਰਟ ਕੀਤਾ, ਮੇਰੇ ਨਾਲ ਬੜੇ ਖੁਸ਼ ਮਿਜ਼ਾਜ ਨਾਲ ਮੈਨੂੰ ਮਿਲੇ ਸਾਰੇ ਜਣੇ। ਅਤੇ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ। ਸਭ ਤੋਂ ਪਹਿਲਾਂ ਮੈਨੂੰ ਮੇਰੇ ਦਾਦਾ ਜੀ ਸਪੋਰਟ ਕਰਦੇ ਸੀ, ਉਹ ਮੈਨੂੰ ਕਹਿੰਦੇ ਸੀ ਕਿ ਤੂੰ ਸਿੰਗਰ ਹੀ ਬਣਨਾ, ਵੀ ਉਹਨਾਂ ਨੂੰ ਵੀ ਉਹਨਾਂ ਦਾ ਵੀ ਪੈਸ਼ਨ ਸੀ ਕਿ ਉਹਨਾਂ ਨੇ ਸਿੰਗਰ ਬਣਨਾ। ਅਤੇ ਪਰ ਉਹਨਾਂ ਦੀ ਫੈਮਿਲੀ ਨੇ ਉਹਨਾਂ ਨੂੰ ਸਪੋਰਟ ਨਹੀਂ ਕੀਤਾ, ਅਤੇ ਉਹਨਾਂ ਨੇ ਮੇਰੇ ਪਾਪਾ ਉਹਨਾਂ ਨੂੰ ਕਿਹਾ ਵੀ ਮੈਨੂੰ ਕਿਸੇ ਨੇ ਸਪੋਰਟ ਨਹੀਂ ਕੀਤਾ, ਤੁਸੀਂ ਇਹਨੂੰ ਸਪੋਰਟ ਕਰਨਾ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹੈ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵਿੰਦਰ ਸਿੰਘ। ਮੇਰੀ ਬੇਟੀ ਤਨਵੀਰ ਕੌਰ, ਜੋ ਕਿ ਮਿਊਜ਼ਿਕ ਵਿਜ਼ਿਟ KKHD ਸ਼ੋਅ ਵਿੱਚ ਹਿੱਸਾ ਪਾਰਟੀਸਪੇਟ ਕੀਤਾ ਉਹਨੇ, ਅਤੇ ਉਹਨਾਂ ਗ੍ਰੈਂਡ ਫਾਈਨਲ ਵਿੱਚ ਪਹੁੰਚੀ ਹੈ। ਅਤੇ ਉਹਨੂੰ ਸਟਾਰਟਿੰਗ ਤੋਂ ਹੀ ਮਿਊਜ਼ਿਕ ਦਾ ਸ਼ੌਂਕ ਸੀ, ਜੋ ਸਾਡੇ ਪਿਤਾ ਜੀ ਸੀ ਉਹਨਾਂ ਕੋਲੋਂ ਮਿਊਜ਼ਿਕ ਬਾਰੇ ਸਿੱਖਦੀ ਰਹਿੰਦੀ ਸੀ। ਉਹਨਾਂ ਨੂੰ ਗਾਉਣ ਦਾ ਸ਼ੌਂਕ ਸੀ, ਉਹਨਾਂ ਨੂੰ ਤਾਂ ਟਾਈਮ ਮਿਲਿਆ ਨਹੀਂ, ਅਤੇ ਘਰਦਿਆਂ ਨੇ ਮੌਕਾ ਨਹੀਂ ਦਿੱਤਾ ਉਹਨਾਂ ਨੂੰ, ਅਤੇ ਗੁੜੀਆ ਦੇ ਸਪੋਰਟ ਅਸੀਂ ਹੁਣ ਕਰ ਰਹੇ ਹਾਂ, ਅਤੇ ਸਾਰਾ ਪਰਿਵਾਰ ਰਲ ਮਿਲ ਕੇ ਉਹਦੀ ਸਪੋਰਟ ਕੀਤੀ ਹੈ ਜੀ। ਅਤੇ ਉਹ ਹੁਣ ਗ੍ਰੈਂਡ ਫਾਈਨਲ ਵੇਲੇ ਪਹੁੰਚੀ ਹੈ ਜੀ, ਅਤੇ ਸਟੱਡੀ ਵਿੱਚ ਵੀ ਬਿਲਕੁਲ ਸਹੀ ਹੈ ਜੀ। ਅਤੇ ਜਿੰਨਾ ਉਹ ਸਟੱਡੀ ਨੂੰ ਵੈਲਿਊ ਦਿੰਦੀ ਹੈ, ਉਨੀ ਹੀ ਮਿਊਜ਼ਿਕ ਨੂੰ ਵੀ ਵੈਲਿਊ ਦੇਖਣੀ ਦਿੰਦੀ ਹੈ। ਤੂੰ ਕਿਤਨੀ ਅੱਛੀ ਹੈ, ਤੂੰ ਕਿਤਨੀ ਭੋਲੀ ਹੈ, ਪਿਆਰੀ ਪਿਆਰੀ ਹੈ, ਓ ਮਾਂ ਓ ਮਾਂ ਓ ਮਾਂ ਓ ਮਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਜਿੰਦਰ ਕੌਰ, ਮੈਂ ਤਨੂ ਦੀ ਮਦਰ ਹਾਂ। ਤਨਵੀਰ ਕੌਰ ਬਹੁਤ ਹੀ ਅੱਛੀ ਬੱਚੀ ਹੈ, ਇਹਨੂੰ ਸ਼ੁਰੂ ਤੋਂ ਹੀ ਮਤਲਬ ਕਿ ਮਿਊਜ਼ਿਕ ਦਾ ਸ਼ੌਂਕ ਸੀ, ਜਿਹਦ ਕਰਕੇ ਇਹਨੇ ਮਿਊਜ਼ਿਕ ਲਿਆ ਆ। ਅਤੇ ਮਤਲਬ ਕਿ ਇਹ ਹਰੇਕ ਕੰਮ ਵਿੱਚ ਜਿੱਦੀ ਹੈ, ਜੇ ਇਹਨੇ ਕੋਈ ਆਪਣਾ ਸੂਟ ਵੀ ਲੈਣਾ, ਸੂਟ ਬੂਟ ਲੈਣੇ, ਉਹ ਵੀ ਇਹਨੇ ਜਿੱਦ ਕਰਕੇ ਲੈ ਹੀ ਲੈਣੇ। ਮਤਲਬ ਕਿ ਪੜ੍ਹਾਈ ਵਿੱਚ ਵੀ ਠੀਕ ਹੈਗੀ ਆ, ਸਾਰਿਆਂ ਨਾਲ ਦਾਦੀ ਨਾਲ ਵੀ ਪਿਆਰ ਕਰਦੀ, ਦਾਦੂ ਨਾਲ ਵੀ ਬਹੁਤ ਪਿਆਰ ਕਰਦੀ ਆ, ਚਾਚੀ ਚਾਚੇ ਨਾਲ, ਵੀਰਾਂ ਨਾਲ ਲੜਾਈ ਝਗੜਾ ਵੀ ਕਰਦੀ ਆ, ਹੱਸਦੀ ਖੇਡਦੀ ਵੀ ਆ। ਅਤੇ ਮਤਲਬ ਕਿ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਵਿਆਹ ਗੁਰੂ ਇੰਨੀਆਂ ਤਰੱਕੀਆਂ ਬਖਸ਼ੇ ਕਿ ਇਹ ਸਾਡਾ ਨਾਮ ਰੋਸ਼ਨ ਕਰੇ, ਦਾਦੇ ਦਾ ਨਾਮ ਰੋਸ਼ਨ ਕਰੇ, ਸ਼ਹਿਰ ਦਾ ਨਾਮ ਰੋਸ਼ਨ ਕਰੇ, ਪਰਿਵਾਰ ਦਾ ਨਾਮ ਰੋਸ਼ਨ ਕਰੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਚਰਨ ਕੌਰ ਹੈ, ਮੈਂ ਤਨਵੀਰ ਦੀ ਦਾਦੀ ਹਾਂ। ਮੈਨੂੰ ਬਹੁਤ ਖੁਸ਼ੀ ਹੋਈ ਆ, ਬੱਚਾ ਮੇਰਾ ਜਿੱਤ ਕੇ ਆਵੇ, ਨਾਮ ਰੋਸ਼ਨ ਕਰੇ ਦਾਦੇ ਦਾ। ਦਾਦਾ ਜੀ ਨੂੰ ਬਹੁਤ ਸ਼ੌਕ ਸੀ ਇਹਦਾ ਜੀ ਵੀ ਮੇਰਾ ਬੱਚਾ ਕੋਈ ਤਰੱਕੀ ਕਰੇ। ਉਸ ਟਾਈਮ 'ਤੇ ਬੱਚੇ ਨਹੀਂ ਕਰ ਸਕੇ, ਪਰ ਉਹਨਾਂ ਦੇ ਮਨ ਨੂੰ ਸ਼ਾਂਤੀ ਹੋਵੇ, ਬੱਚਾ ਜਿੱਤ ਕੇ ਆਵੇ, ਮੈਂ ਇਹ ਸਭ ਕੁਛ ਮੰਗਦੀ ਹਾਂ। ਸਾਰੇ ਪਿੰਡ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਭਜੋਤ ਸਿੰਘ ਹੈ ਜੀ, ਮੈਂ ਤਨਵੀਰ ਕੌਰ ਦਾ ਬ੍ਰਦਰ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਮਰਦੀਪ ਸਿੰਘ ਹੈ ਅਤੇ ਮੈਂ ਤਨਵੀਰ ਦਾ ਛੋਟਾ ਭਰਾ ਹਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਿਰਮਲਜੀਤ ਸਿੰਘ ਹੈ ਜੀ, ਤਨਵੀਰ ਕੌਰ ਦਾ ਬ੍ਰਦਰ ਹਾਂ ਜੀ, ਛੋਟਾ। ਤਨਵੀਰ ਕੌਰ ਨੂੰ ਜੀ ਸ਼ੁਰੂ ਤੋਂ ਬਹੁਤ ਸ਼ੌਂਕ ਸੀਗਾ ਜੀ ਆਪਣਾ ਸਿੰਗਿੰਗ ਲਾਈਨ 'ਚ, ਅਤੇ ਬਹੁਤ ਵਧੀਆ ਗਾਉਂਦੀ ਹੈ ਜੀ,
ਅਤੇ ਲੜਦੀ ਬਹੁਤ ਹੈ ਜੀ ਸਾਡੇ ਨਾਲ, ਪਰ ਤਾਂ ਵੀ ਚਲੋ ਅਸੀਂ ਸਪੋਰਟ ਕੀਤੀ। ਸਾਡੇ ਘਰ ਵਿੱਚ ਪਹਿਲੀ ਇਹ ਮਤਲਬ ਕਿ ਕੁੜੀ ਜਿਹੜੀ ਇਸ ਲਾਈਨ 'ਚ ਗਈ ਹੈ, ਅਤੇ ਚਲੋ ਅਸੀਂ ਸ਼ੁਕਰ ਕਰਦੇ ਹਾਂ ਅੱਗੇ ਤੱਕ ਜਾਵੇ, ਇੰਨੀ ਮਿਹਨਤ ਕੀਤੀ ਹੈ ਜੀ, ਤਰੱਕੀ ਕਰੇ। ਤਨਵੀਰ ਕੌਰ ਦਾ ਸ਼ੁਰੂ ਤੋਂ ਹੀ ਸ਼ੌਂਕ ਸੀ ਮਿਊਜ਼ਿਕ, ਮੈਂ ਮੇਰੇ ਨਾਲ ਹਮੇਸ਼ਾ ਬਹਿ ਕੇ ਉਹ ਗਾਣੇ ਸੁਣਾਉਂਦੀ ਹੁੰਦੀ ਸੀ ਮੈਨੂੰ, ਅਤੇ ਮੈਂ ਹਮੇਸ਼ਾ ਉਹਨੂੰ ਕਹਿੰਦਾ ਹੁੰਦਾ ਸੀ ਕਿ ਤੂੰ ਸਿੰਗਰ ਹੀ ਬਣੇਗੀ। ਉਹ ਵੀ ਕਹਿੰਦੀ ਸੀ ਮੈਂ ਸਿੰਗਰ ਬਣਨਾ, ਉਹਦਾ ਹੁਣ ਬਚਪਨ ਤੋਂ ਸੁਪਨਾ ਸੀ, ਉਹ ਹੁਣ ਪੂਰਾ ਹੋਣ ਚੱਲਾ ਕਿ ਮੈਂ ਕੰਪੀਟੀਸ਼ਨ ਕੋਈ ਜਿੱਤਾਂ, ਅਤੇ ਮੇਰੀ ਬੈਸਟ ਵਿਸ਼ਿਜ਼ ਆ ਉਹਨੂੰ। ਹਾਂਜੀ, ਤਨਵੀਰ ਕੌਰ ਦੀ ਸ਼ੁਰੂ ਤੋਂ ਹੀ ਇਹਨੂੰ ਸ਼ੌਂਕ ਸੀਗਾ ਜੀ ਗਾਣੇ ਦਾ, ਬਹੁਤ ਕਹਿੰਦੀ ਹੁੰਦੀ ਸੀ, ਮਤਲਬ ਕਿ ਕਰਦੀ ਹੁੰਦੀ ਸੀ ਸਾਡੇ ਨਾਲ ਲੜਾਈਆਂ, ਬਹੁਤ ਕਰਦੀ ਸੀ ਮੈਂ ਸਿੰਗਿੰਗ ਕਰਨੀ ਆ, ਸਿੱਖਣੀ ਆ, ਅਤੇ ਪਾਪਾ ਨੂੰ ਵੀ ਬਹੁਤ ਜ਼ੋਰ ਪਾਉਂਦੀ ਸੀ ਕਿ ਮੈਂ ਸਿੰਗਿੰਗ ਸਿੱਖਣੀ ਹੈ, ਅਤੇ ਪਾਪਾ ਦਾ ਵੀ ਬਹੁਤ ਮਤਲਬ ਕਿ ਹੱਥ ਰਿਹਾ ਵੀ ਸਿੰਗਿੰਗ ਸਿਖਾਉਣ ਦਾ, ਪਾਪਾ ਵੀ ਜ਼ੋਰ ਪਾਉਂਦੀ ਹੁੰਦੀ ਸੀ ਬਹੁਤ, ਮੈਂ ਮਤਲਬ ਕਿ ਇੱਦਾਂ ਮੈਨੂੰ ਲਗਾਓ ਕੋਈ ਟੀਚਰ ਲੱਭ ਕੇ ਦਿਓ, ਅਤੇ ਇੱਦਾਂ ਫਿਰ ਪਾਪਾ ਮਤਲਬ ਕਿ ਕੋਈ ਟੀਚਰ ਲੱਭਿਆ ਕੋਈ ਵਧੀਆ ਜਿਹਾ, ਅਤੇ ਉਸ ਤੋਂ ਬਾਅਦ ਮਤਲਬ ਕਿ ਇੱਦਾਂ ਸਿੰਗਿੰਗ ਦੇ ਕੰਮ 'ਚ ਪਈ। ਅਸੀਂ ਬਹੁਤ ਮਤਲਬ ਕਿ ਚਾਹੁੰਦੇ ਹਾਂ ਵੀ ਗਾਂ ਤੱਕ ਜਾਵੇ, ਜਿੱਤੇ, ਸ਼ੋਅ ਜਿੱਤ ਕੇ ਆਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਸਰਦਾਰ ਤਰਲੋਚਨ ਸਿੰਘ, ਤਨਵੀਰ ਕੌਰ ਦੇ ਚਾਚੂ ਜੀ। ਅਤੇ ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਕੌਰ, ਮੈਂ ਤਨਵੀਰ ਕੌਰ ਦੀ ਚਾਚੀ ਹਾਂ। ਤਨਵੀਰ ਕੌਰ ਦਾ ਬਚਪਨ ਤੋਂ ਹੀ ਸ਼ੌਂਕ ਸੀਗਾ ਵੀ ਅਸੀਂ ਮਿਊਜ਼ਿਕ ਦਾ ਸਿੰਗਿੰਗ ਦੇ ਵਾਲੇ ਪਾਸੇ ਜਾਣਾ, ਅਤੇ ਜਿਸ ਵਿੱਚ ਸਾਨੂੰ ਬੜਾ ਪ੍ਰਾਊਡ ਹੈ ਵੀ ਉਹ ਸਿੰਗਿੰਗ ਵਾਲੇ ਪਾਸੇ ਉਹਨੇ ਜ਼ਿਆਦਾ ਚੁਆਇਸ ਕੀਤੀ ਆਪਣੀ, ਅਤੇ ਆਪਣਾ ਬੈਸਟ ਦੇ ਰਹੀ ਹੈ, ਅਤੇ ਜਿਸ ਵਿੱਚ ਸਾਨੂੰ ਲੱਗਦਾ ਵੀ ਜਿਹੜਾ ਗ੍ਰੈਂਡ ਫਿਨਾਲੇ ਆ ਤਨਵੀਰ ਕੌਰ ਹੀ ਜਿੱਤ ਕੇ ਆਏ, ਅਤੇ ਸਾਨੂੰ ਬੜਾ ਪ੍ਰਾਊਡ ਹੋਏਗਾ, ਸਾਡੇ ਫਿਰੋਜ਼ਪੁਰ ਨੂੰ ਪ੍ਰਾਊਡ ਹੋਊਗਾ, ਜਿਸ ਵਿੱਚ ਫਿਰੋਜ਼ਪੁਰ ਦਾ ਨਾਮ ਸਭ ਤੋਂ ਸਾਰਾ ਫਿਰੋਜ਼ਪੁਰ 'ਚ ਰੋਸ਼ਨ ਕਰੇਗੀ ਤਨਵੀਰ ਕੌਰ। ਤਨਵੀਰ ਕੌਰ ਜੋ ਕਿ ਮਿਊਜ਼ਿਕ 'ਤੇ ਬਹੁਤ ਇੰਟਰਸਟ ਹੈ ਉਹਨੂੰ, ਅਸੀਂ ਚਾਹੁੰਦੇ ਹਾਂ ਕਿ ਉਹ ਵੀ ਗ੍ਰੈਂਡ ਫਿਨਾਲੇ ਜਿੱਤ ਕੇ ਆਵੇ। ਅੱਗੇ ਵੀ ਸਾਰੇ ਕੰਪੀਟੀਸ਼ਨ ਉਹਨੇ ਕਲੀਅਰ ਕੀਤੇ ਹੈ, ਟੋਪ 'ਤੇ ਆਈ ਹੈ, ਸਾਨੂੰ ਬਹੁਤ ਮਾਣ ਆਪਣੇ ਬੱਚੇ 'ਤੇ, ਅਸੀਂ ਚਾਹੁੰਦੇ ਹਾਂ ਕਿ ਉਹ ਤਰੱਕੀਆਂ ਕਰੇ। ਬੈਸਟ ਵਿਸ਼ਿਜ਼ ਤਨਵੀਰ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੈਂ ਹਰਪ੍ਰੀਤ ਸਿੰਘ, ਇੱਥੇ ਸੁਰ ਸੰਗੀਤ ਅਕੈਡਮੀ ਮੋਰੀ ਗੇਟ ਫਿਰੋਜ਼ਪੁਰ ਦੇ ਵਿੱਚ ਬਤੌਰ ਸੰਗੀਤ ਅਧਿਆਪਕ ਸਿੱਖਿਆ ਦੇ ਰਿਹਾ ਹਾਂ। ਔਰ ਮੇਰੇ ਕੋਲ ਬਹੁਤ ਸਾਰੇ ਬੱਚੇ ਅਲੱਗ ਅਲੱਗ ਕੈਟਾਗਰੀ ਦੇ, ਜਿਵੇਂ ਕੀਰਤਨ ਵਾਲੇ ਜਾਂ ਸਿੰਗਿੰਗ ਨੂੰ ਪਿਆਰ ਕਰਨ ਵਾਲੇ ਜਾਂ ਹੋਰ ਕਈ ਤਰ੍ਹਾਂ ਦੇ ਇੰਸਟਰੂਮੈਂਟ ਦਾ ਸ਼ੌਂਕ ਰੱਖਣ ਵਾਲੇ ਸਾਰੇ ਬੱਚੇ ਮੇਰੇ ਕੋਲ ਸਿੱਖ ਰਹੇ ਨੇ। ਉਹਨਾਂ ਵਿੱਚ ਤਨਵੀਰ ਕੌਰ ਵੀ ਸ਼ਾਮਿਲ ਹੈ, ਔਰ ਬਹੁਤ ਵਧੀਆ ਇਹਦੀ ਆਵਾਜ਼ ਹੈ, ਬਹੁਤ ਵਧੀਆ ਪਕੜ ਹੈ। ਜਿਵੇਂ ਕਿ ਸੰਗੀਤ ਦੀ ਡੈਫੀਨੇਸ਼ਨ ਹੁੰਦੀ ਹੈ ਕਿ ਸੰਗ ਗੀਤ, ਮਤਲਬ ਗੀਤ ਦੇ ਨਾਲ ਸੰਗਤ ਕਰਨੀ, ਨਾਲ ਮਿਲ ਕੇ ਗਾਉਣਾ, ਸੁਰ ਲੈ ਤਾਲ ਦਾ ਸੁਮੇਲ ਹੈ। ਉਸੇ ਤਰ੍ਹਾਂ ਇਹਦੇ ਵਿੱਚ ਇਹਦੇ ਕੋਲ ਸੁਰ ਵੀ ਹੈ ਔਰ ਤਾਲ ਵੀ ਹੈ, ਦੋਨੋਂ ਹਨ। ਔਰ ਮੈਂ ਉਮੀਦ ਕਰਦਾ ਕਿ ਬੱਚਾ ਬਹੁਤ ਅੱਗੇ ਨਿਕਲ ਸਕਦਾ, ਜਿਵੇਂ ਇਹਦੀ ਆਵਾਜ਼ ਦੀ ਕੁਆਲਿਟੀ ਹੈ, ਅੱਛੀ ਆਵਾਜ਼ ਹੈ, ਅੱਛਾ ਰਿਆਜ਼ ਕਰਾ ਰਹੇ, ਅਸੀਂ ਹੋਰ ਵੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਇਹ ਬੱਚੇ ਬਹੁਤ ਅੱਗੇ ਜਾ ਕੇ ਥੋੜ੍ਹਾ ਹੋਰ ਤਰੱਕੀ ਕਰੇ। ਪਰਮਾਤਮਾ ਅੱਗੇ ਇਹੀ ਦੁਆ ਹੈ।
गुड मॉर्निंग, मेरा नाम राजेश मेहता, प्रिंसिपल गवर्नमेंट गर्ल्स सीनियर सेकेंडरी स्मार्ट स्कूल फिरोजपुर। इत्थे आए नूं लगभग मैनू 2 साल दे करीब हो गए ने, और जदों मैं इत्थे आया, एक बहुत ही मन दे इच्छा सी कि जिहड़ियां मेरी बच्चियां ने, इस स्कूल दियां बच्चियां ने, एक कुछ ना कुछ किसी भी फील्ड दे विच चाहे होवे एक कुछ ना कुछ करके दिखाउण। और इस वेले बच्ची साड़ी एक ग्रैंड फिनाले दे विच सिलेक्ट हुई है, और इस स्कूल लई, इस संस्था लई, इस जिले लई और इन्हां दे पेरेंट्स लई भी बहुत ही माण दी गल है, और कि एडे वड्डे ईवेंट दे विच ग्रैंड फिनाले दे विच पहुँचना जिहड़ा बहुत ही जिहड़ा वो मुश्किल हुंदा है, पर उन्हें बच्ची ने हर मुश्किलां जिहड़ियां ने वो कवर करके, हर हर्डल नूं कवर करके उन्हें ग्रैंड फिनाले दे विच अपना नाम जिहड़ा वो लै आंदा है। और मैं आने वाले समय दे विच कामना करता हाँ कि ये बच्ची जिहड़ी है ये होर तरक्कियां जिहड़ियां करे, और मेरियां बेस्ट विशेज जिहड़ियां इस बच्ची नाल हमेशा ही रहणगियां। एक दिल सीर आ मेरे कोल ना, वे मैं लुटी गई हाँ, ढोल ना वे मैं लुटी गई हाँ, लाइया लाइया सिले सिले प्यार दा कवे तेनू गजरा। सत श्री अकाल जी, मैं तरसेम अरमान, संगीत अध्यापक, सरकारी कन्या सीनियर सेकेंडरी स्मार्ट स्कूल फिरोजपुर। साडा बच्चा है तनवीर कौर, जो कि किसमें है कितना दम प्रोग्राम दे विच ग्रैंड फिनाले दे विच पहुँच चुका है। साडा बच्चा बहुत मेहनत ते लगन वाला बच्चा है। जदों भी स्कूल दे विच कल्चरल प्रोग्राम जिन्हें भी साडे स्कूल लैवल ते होण या कोई कॉम्पीटिशन लैवल दे प्रोग्राम होण, यह बच्चा वध चढ़ के उहदे विच पार्टिसिपेट करदा, हिस्सा लैंदा, और साढ़े पूरे स्टाफ नूं और कह लो कि साढ़े पूरे डिपार्टमेंट नूं, ते सानूं पूरी उम्मीद है कि बच्चा इस जिहड़ा कॉम्पीटिशन नूं विन करेगा। ते मैनूं उम्मीद है कि यह बच्चा बहुत अग्गे तक जाएगा। जरूरी नहीं कि एक जिहड़ा कॉम्पीटिशन चल रहा है यह, और संगीत खेत्र दे विच होर भी अग्गे जाएगा। सजना जान मेरी ते बनिया, सजना जान मेरी ते बनिया, मुड़ मुड़ बदल गजदा, आ जा मेरा दिल नहीं ओ लगदा सोनिया, मेरा दिल नहीं ओ लगदा हानिया, मेरा दिल नहीं ओ लगदा तेरे बाजों। दिल दियां गलियां सुनिया ने हंजुआ दा पा पानी में सदरां बुनिया।